हाल चाल है, मैं हाँ तुहाडा अपना जीत मॉडिफाइड क्लब तो। यार अज दोबारा एक नवा शूट लैके आया था 2020 का, तो भाई मेरे नाल ने भाई अपना नाम आप ही तुहानू दसणगे ते कि जगह तो भाई बिलोंग करते। पहले भी साडी वीडियोस आए ने भाई दी, पहले आपां बहुत सारी गड्डियां दिखाईयां सीगियां। तो भाई अपना नाम की है दस? मनिंदर, मनिंदर जी सिंह, मनिंदर। तो मनिंदर भाई का नाम है, तो भाई आप कि जगह तो बिलोंग करते हैं? ये अपना पिंड पिंड बंडाला मंजकी जंडाले दे नाल बंडाला। तो यह जलंधर के कोल ही बिल्कुल पैंदा है ना भाई? बिल्कुल बिल्कुल। तो गड्डी भाई ने एक नंबर तैयार की है, मजेदार गड्डी तैयार की हैगी है। तो सारी एक फिर डिटेल टोटल तुहानू दसांगे। तो भाई हुणे सानू लेटेस्ट मिली है ना? हाँ बिल्कुल जी बिल्कुल, बड़ा इंतजार कराया जी गड्डी ने सानू। तो यह सीगा, तो हुण तुहानू डिटेल दस दें भाई ने साउंड सिस्टम के विच, इहदे विच थार दे विच ना बहुत सारे क्वेश्चन होंगे, डिग्गी स्पेस नहीं है तो बूफर कैसे फिट होंदा है ना भाई? ਗੱਡੀ ਨਾਲ ਕਲਰ ਖਿਲ ਕੇ ਨਿਕਲ ਰਿਹਾ ਹੈਗਾ। ਬਿਲਕੁਲ ਬਿਲਕੁਲ ਮਜ਼ੇਦਾਰ ਚੀਜ਼। ਉਸ ਤੋਂ ਬਾਅਦ ਭਾਈ ਨੇ ਨਾ ਟਿੰਕ ਕਰਾ ਰੱਖੇ ਆ ਸਾਰੇ ਸ਼ੀਸ਼ੇ ਨੂੰ। ਹਾਂਜੀ ਉਹ ਸੇਮ ਕਲਰ ਦੇ ਨਾਲ ਥੋੜਾ ਸ਼ੇਡ ਅੱਛਾ ਲੱਗਦਾ, ਥੋੜੀ ਧੁੱਪੇ ਗੱਡੀ ਖੜੀ ਹੁੰਦੀ ਹੈ ਤੇ ਨਜ਼ਾਰਾ ਕੁਝ ਅਲੱਗ ਮਿਲਦਾ ਹੈ ਨਾ। ਤੇ ਜ਼ਿਆਦਾਤਰ ਲੋਕੀ ਯਾਰ ਮੈਂ ਤੁਹਾਨੂੰ ਦੱਸਾਂ 4 ਅਲੋਏ ਵੀਲਸ ਹੀ ਲੈਂਦੇ ਨੇ, ਤੇ ਭਾਈ ਨੇ ਲਿੱਤੇ 5 ਅਲੋਏ ਵੀਲਸ ਤੇ 5 ਹੀ ਟਾਇਰਸ। 5 ਟਾਇਰ ਹੈ ਨਾ, ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਹੈਗੇ ਆ। ਤੇ ਬਾਕੀ ਕੰਪਨੀ ਵਾਲਾ ਭਾਈ ਨੇ ਕ੍ਰੋਮ ਅਸੈਸਰੀ ਲਗਵਾਈ ਆ, ਤੁਸੀਂ ਵੇਖ ਸਕਦੇ ਹੈਗੇ ਹੋ। ਤੇ ਇਹ ਵੇਖੋ ਤੁਹਾਡੇ ਸਾਹਮਣੇ 5th ਅਲੋਏ ਵੀਲ ਤੇ 5th ਟਾਇਰ। ਤੇ ਭਾਈ ਨੇ ਪਿਛਲਾ ਟਾਇਰ ਵੀ ਰੱਖਿਆ, ਉਹ ਵੀ ਸੇਮ ਸਾਈਜ਼ ਦਾ ਹੀ ਰੱਖਿਆ, 285/50 R20। ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਮੈਕਸ ਦਾ ਅਲੋਏ ਵੀਲ ਹੈ ਔਰ ਮਜ਼ੇਦਾਰ ਕਲਰ ਹੈ ਸਿਲਵਰ। ਤੇ ਜੱਚ ਰਿਹਾ ਗੱਡੀ ਨਾਲ ਬਹੁਤ ਜ਼ਿਆਦਾ। ਤੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ A to Z ਦੱਸਿਆ, ਬਾਕੀ ਭਾਈ ਨੇ ਸਾਰੀ ਬਾਹਰੋਂ ਸਿੰਪਲ ਹੀ ਰੱਖੀ ਹੈ, ਲਾਈਟਾਂ ਹੀ ਅਪਡੇਟ ਕਰਾਈਆਂ ਤੇ ਉੱਤੋਂ ਹਾਰਡ ਟੌਪ ਆ। ਹਾਰਡ ਟੌਪ ਹਾਂਜੀ, ਉਹ ਕੰਪਨੀ ਦੀ ਫਿਟਡ ਹੈ ਸਰ। ਤੇ ਉਸ ਤੋਂ ਬਾਅਦ ਆਪਾਂ ਡਿੱਗੀ ਖੋਲ ਕੇ ਭਾਈ ਦਿਖਾਈਏ, ਪਹਿਲੇ ਬੰਪ ਕੀ ਫਿਟ ਕੀਤਾ ਹੈ ਨਾ। ਤੇ ਗਾਈਜ਼ ਇਹ ਡਿੱਗੀ ਖੋਲਣ ਲਈ ਪਹਿਲੇ ਨੀਚਲਾ ਹਿੱਸਾ ਖੁੱਲਦਾ, ਫਿਰ ਸ਼ੀਸ਼ਾ ਆਰਾਮ ਨਾਲ ਖੁੱਲਦਾ। ਤੇ ਤੁਸੀਂ ਵੇਖ ਸਕਦੇ ਹੋ ਰੌਕਫੋਰਡ ਦਾ P2 ਬੂਫਰ ਲੱਗਾ ਹੋਇਆ ਇਹਦੇ ਵਿੱਚ, ਤੇ ਨਾਲ ਪਾਇਨੀਅਰ ਦੇ ਓਵਲ। ਤੇ ਇਹ ਕਿੱਦਾਂ ਫਿੱਟ ਹੋਇਆ? ਇਹ ਚੀਜ਼ ਤੁਹਾਡੇ ਸਾਰਿਆਂ ਦੇ ਦਿਮਾਗ 'ਚ ਕੁਐਸਚਨ ਆ ਰਹੇ ਹੋਣੇ, ਕਿਉਂਕਿ ਇਹ ਚੀਜ਼ ਇਹਦੇ ਵਿੱਚ ਫਿਟਮੈਂਟ ਨਹੀਂ ਹੋ ਸਕਦੀ ਇੰਨੀ ਵੱਡੀ ਬਾਕਸ। ਤੇ ਭਾਈ ਆਪਾਂ ਦੱਸੀਏ। ਹਾਂਜੀ ਪਹਿਲਾਂ ਅਸੀਂ ਉਹ ਜਿਹੜੀਆਂ ਬੈਕ ਵਾਲੀ ਸੀਟਾਂ ਉਹ ਦੋਨੇ ਚੇਂਜ ਕਰਵਾਈਆਂ। ਉਹ ਐਕਚੁਅਲੀ ਮੇਰੇ ਖਿਆਲ ਕ੍ਰਿਸਟਾ ਦੀਆਂ ਸ਼ਾਇਦ ਅਸੀਂ ਉਹ ਅਸੈਂਬਲ ਕਰਵਾਈਆਂ। ਠੀਕ ਹੈ ਭਾਈ ਨੇ ਕ੍ਰਿਸਟਾ ਇਨੋਵਾ ਕ੍ਰਿਸਟਾ ਦੀ ਸੀਟਾਂ ਜਿਹੜੀਆਂ ਸੀ ਉਹ ਅਸੈਂਬਲ ਕੀਤੀਆਂ, ਇਹਦੇ ਵਿੱਚ ਥੱਲੇ ਸਪੈਸ਼ਲ ਫਰੇਮ ਲਗਵਾਇਆ, ਸਾਰਾ ਫਰੇਮ ਐਕਸਟਰਾ ਬਣਿਆ ਹੈ। ਹਾਂ ਤੇ ਇਹ ਜਿਹਦਾ ਅਗਲੀਆਂ ਸੀਟਾਂ ਅੱਗੇ ਪਿੱਛੇ ਹੁੰਦੀਆਂ, ਪਿਛਲੇ ਵੀ ਅੱਗੇ ਪਿੱਛੇ ਹੁੰਦੀਆਂ ਹੈ ਨਾ। ਹਾਂ ਦੋਨੇ ਅੱਗੇ ਪਿੱਛੇ ਹੁੰਦੀਆਂ। ਤੇ ਇਹਦੇ ਵਿੱਚ ਬੈਕ ਸਾਈਡ ਸੀਟਾਂ ਦੇ ਨਾਲ ਆਰਮ ਰੈਸਟ ਨਹੀਂ ਆਂਦਾ ਭਾਈ ਨੇ, ਉਹ ਵੀ ਅਸੈਂਬਲ ਆਪ ਕਰਵਾਇਆ ਤੇ ਉਹ ਵੀ ਤੁਹਾਨੂੰ ਫਰੰਟ ਸਾਈਡ ਤੋਂ ਆਪਾਂ ਹੁਣੇ ਸਭ ਕੁਝ ਦਿਖਾਉਂਦੇ ਆ। ਬਾਕੀ ਤੁਸੀਂ ਵੇਖ ਸਕਦੇ ਹੋ ਮੈਂ ਗੱਲ ਕਰਾਂ ਨਾ, ਤੇ ਪੇਟੀ 12 ਇੰਚ ਦਾ ਬੂਫਰ ਹੈ, ਲੋਕੀ 8 ਇੰਚਸ ਦਾ ਬੂਫਰ ਰੱਖ ਰਹੇ ਨੇ ਹੁਣ। ਤੇ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ 12 ਇੰਚ ਦਾ ਬੂਫਰ ਫਿੱਟ ਹੋਇਆ ਤੇ ਬਹੁਤ ਅੱਛੀ ਫਿਟਮੈਂਟ ਕੀਤੀ ਹੈ ਤੇ ਸੀਟ ਕਵਰ ਬਹੁਤ ਸੋਹਣੇ ਭਾਈ ਨੇ ਪਾਏ ਨੇ। ਤੇ ਇਹਦੇ ਵਿੱਚ ਨਾ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ, ਮੈਟਿੰਗ ਨਹੀਂ ਆਉਂਦੀ ਕੰਪਨੀ ਵੱਲੋਂ, ਤੇ ਇਹਦੇ ਵਿੱਚ ਮੈਟਿੰਗ ਵੀ ਕਰਾਈ ਹੈ। ਤੁਸੀਂ ਵੇਖ ਸਕਦੇ ਹੋ ਐਕਸਟਰਾ ਫੋਮਿੰਗ ਵਾਲੀ ਮੈਟਿੰਗ ਹੈ ਤੇ ਫਰੰਟ ਸਾਈਡ ਤੋਂ ਤੁਹਾਨੂੰ ਇਹਦੀ ਫੁੱਲ ਜਜਮੈਂਟ ਹੋ ਜਾਊਗੀ ਕਿੱਦਾਂ ਕਰਾਈ ਹੈ। ਆਇਓ ਮੈਂ ਤੁਹਾਨੂੰ ਹੁਣ ਫਰੰਟ ਸਾਈਡ ਤੇ ਲੈ ਕੇ ਚੱਲਦਾ ਹਾਂ, ਫਰੰਟ ਸਾਈਡ ਤੋਂ ਤੁਹਾਨੂੰ ਦਿਖਾਉਂਦਾ ਹਾਂ। ਜੀ ਸਭ ਤੋਂ ਪਹਿਲਾਂ ਆਪਾਂ ਡੋਰ ਓਪਨ ਕਰਦੇ ਹਾਂ ਤੇ ਤੁਹਾਨੂੰ ਮੈਟਿੰਗ ਦਿਖਾਉਂਦੇ ਹਾਂ ਗੱਡੀ ਦੀ। ਤੇ ਭਾਈ ਨੇ ਨਾਰਮਲ ਗ੍ਰਾਸ ਮੈਟ ਪਵਾਏ ਆ ਤੇ ਇਹਦੇ ਥੱਲੇ ਨਾ ਮੈਟਿੰਗ ਕੰਪਨੀ ਦੀ ਜਿਹੜੀ ਆਉਂਦੀ ਨਹੀਂ ਜੋ ਕਿ ਚੀਜ਼ ਭਾਈ ਨੇ ਉਹ ਚੀਜ਼ ਕਰਾਈ ਹੈ, ਤੁਸੀਂ ਵੇਖ ਸਕਦੇ ਹੋ। ਇਹਦੋ ਹੀ ਤੁਹਾਨੂੰ ਦਿਖ ਰਹੀ ਹੋਵੇਗੀ ਕੁਸ਼ਨਿੰਗ ਵਾਲੀ ਭਾਈ ਨੇ ਮੈਟਿੰਗ ਕਰਾਈ ਆ। ਤੇ ਉਸ ਤੋਂ ਬਾਅਦ ਭਾਈ ਨੇ ਜਿਹੜੇ ਸੀਟ ਕਵਰ ਪਵਾਏ ਨੇ ਇੱਕ ਨੰਬਰ ਫਿਟਿੰਗ ਦੇ ਲੱਗ ਰਹੇ। ਕਾਫੀ ਕਲਰ ਭਾਈ ਇਹਨੂੰ ਆਪਾਂ ਕਵਾਂਗੇ? ਹਾਂਜੀ ਕਾਫੀ ਕਲਰ ਆ, ਕਾਫੀ ਕਲਰ ਤੇ ਬਹੁਤ ਚਾਕਲੇਟ ਚਾਕਲੇਟ ਕਲਰ ਤੇ ਬਹੁਤ ਅੱਛੀ ਫਿਟਮੈਂਟ ਹੈ। ਤੇ ਬੈਕ ਸਾਈਡ ਵਾਲੀ ਜਿੱਦਾਂ ਭਾਈ ਨੇ ਦੱਸਿਆ ਇਨੋਵਾ ਕ੍ਰਿਸਟਾ ਦੀ ਸੀਟਾਂ ਫਿੱਟ ਹੋਈਆਂ ਤੇ ਨਾਲ ਤੁਹਾਨੂੰ ਆਰਮ ਰੈਸਟ ਲੱਗੇ ਵਿਖਰੇ ਹੋਣੇ ਆ।
ਤੇ ਉੱਤੇ ਪ੍ਰੋਪਰ ਸਟਿਚਿੰਗ ਦੇ ਨਾਲ ਕੱਪੜਾ ਲਗਾ ਕੇ ਸੀਟਾਂ ਦੇ ਨਾਲ ਫੁੱਲ ਮੈਚ ਕੀਤਾ ਗਿਆ ਬਿਲਕੁਲ ਸੇਮ ਹੈ ਉਹ ਜੋ ਸੀਟਾਂ ਦਾ ਸੇਮ ਆਰਮਰੈਸਟ ਹੈ ਤੇ ਐਚ ਭਾਈ ਨੇ ਕੀਤੀ ਤੇ ਨਾਲ ਗੱਡੀ ਆਟੋਮੈਟਿਕ ਹੈ ਜਿਹੜੀ ਥਾਰ ਤੇ ਭਾਈ ਨੇ ਇੱਕ ਚੀਜ਼ ਹੋਰ ਇਹਨਾਂ ਨੂੰ ਵੀ ਸੇਮ ਕਲਰ ਦਾ ਟੈਸਟ ਦਿੱਤਾ ਹਾਂਜੀ ਹੈਨਾ ਤੇ ਭਾਈ ਆਪਾਂ ਗੱਲ ਕਰੀਏ ਗੱਡੀ ਦੇ ਵਿੱਚ ਐਂਪ ਦੋ ਲੱਗੇ ਨੇ ਐਂਪ ਦੋ ਲੱਗੇ ਤੇ ਦੋਨੋਂ ਐਂਪਾਂ ਵਿੱਚੋਂ ਮੈਂ ਤੁਹਾਨੂੰ ਦੱਸਦਾ ਇੱਕ ਲੱਗਾ ਮੋਨੋ ਤੇ ਇੱਕ ਲੱਗਾ ਆਪਣਾ ਨਾਰਮਲ ਟੂ ਚੈਨਲ ਹੈਨਾ ਤੇ ਭਾਈ ਕੋਲੋਂ ਸਭ ਕੁਝ ਮੈਂ ਡਿਟੇਲ ਪੁੱਛ ਚੁੱਕਾ ਹੈਗਾ ਇਸੇ ਕਰਕੇ ਮੈਂ ਤੁਹਾਨੂੰ ਦੱਸ ਪਾ ਰਿਹਾ ਤੇ ਬਾਕੀ ਤੁਹਾਨੂੰ ਸਾਰਾ ਡਿਟੇਲ ਦਿੰਦੇ ਹੈਗੇ ਆ ਕਿ ਸਾਊਂਡ ਸਿਸਟਮ ਦੀ ਆਊਟਪੁੱਟ ਕਿੱਦਾਂ ਦੀ ਆ ਤੇ ਹੈਡ ਯੂਨਿਟਸ ਭਾਈ ਕੰਪਨੀ ਵਾਲੇ ਸਟਾਕ ਯੂਜ਼ ਕਰ ਰਹੇ ਹਲੇ ਹੈਨਾ ਕਿਉਂਕਿ ਇਹਦੇ ਵਿੱਚ ਹੀ ਸਾਰੇ ਫੀਚਰਸ ਆ ਗਏ ਹੋਏ ਨੇ ਜਿੱਦਾਂ ਕਿ ਤੁਹਾਨੂੰ ਹੈਨਾ ਇਹਦੇ ਵਿੱਚ ਹੀ ਸਾਰੇ ਬਿਲਕੁਲ ਹਲੇ ਦੇਖ ਰਹੇ ਪਰ ਹਲੇ ਕੋਈ ਚੂਜ਼ ਨਹੀਂ ਹੋ ਰਿਹਾ ਨਾ ਪਸੰਦ ਨਹੀਂ ਆ ਰਿਹਾ ਹਲੇ ਸਿਸਟਮ ਵੈਸੇ ਬਹੁਤ ਵਧੀਆ ਇਨਬਿਲਡ ਜਿਹੜਾ ਆਲਰੇਡੀ ਲੱਗਾ ਹੋਇਆ ਵਧੀਆ ਸਿਸਟਮ ਸਾਰਾ ਤੇ ਹੁਣ ਤੁਹਾਨੂੰ ਆਪਾਂ ਇਹਦਾ ਆਊਟਪੁੱਟ ਸੁਣਾਉਂਦੇ ਆ ਐਨਸੀਐਸ ਦੇ 뮤직 ਤੇ ਜਿਹੜਾ ਦੂਜਾ ਆਊਟਪੁੱਟ ਆ ਮਤਲਬ ਕਹਿੰਦਾ ਪੰਜਾਬੀ ਵਰਜ਼ਨ ਜਿਹੜਾ ਤੁਹਾਨੂੰ Song ਸੁਣਨ ਨੂੰ ਮਿਲੇਗਾ ਸਾਡੇ Instagram ID ਤੇ ਮਿਲੇਗਾ modified_club2020 ਤੇ ਉੱਥੇ ਜਾ ਕੇ ਤੁਸੀਂ ਸੁਣ ਸਕਦੇ ਹੋ ਪਹਿਲੇ ਤੁਸੀਂ ਐਚਏ ਸੁਣ ਲਓ ਫਿਰ ਆਪਾਂ ਨਾ ਪ੍ਰਾਈਸਿੰਗ ਦੇ ਨਾਲ ਤੁਹਾਡੇ ਨਾਲ ਗੱਲ ਕਰਦੇ ਸਾਰੀ ਬਿਲਕੁਲ ਕਿੱਦਾਂ ਲੱਗਾ ਜੇ ਅਗਰ ਪੰਜਾਬੀ ਵਰਜ਼ਨ ਸੁਣਨਾ ਹੋਵੇ ਤਾਂ ਸਾਡੇ modified_club2020 ਇੰਸਟਾਗ੍ਰਾਮ ID ਹੈ ਸਾਡੀ ਉੱਥੇ ਜਾ ਕੇ ਤੁਸੀਂ ਫੋਲੋ ਕਰ ਲਓ ਉੱਥੇ ਜਾ ਕੇ ਤੁਹਾਨੂੰ ਸੁਣਨ ਨੂੰ ਮਿਲਣ ਵਾਲੀਆਂ ਅਤੇ ਆਪਾਂ ਗੱਲ ਕਰੀਏ ਗੱਡੀ ਦਾ ਸਾਊਂਡ ਸਿਸਟਮ ਮੈਨੂੰ ਤਾਂ ਭਾਈ ਬਹੁਤ ਪਸੰਦ ਆਇਆ ਮਜ਼ਾ ਆ ਗਿਆ ਅਤੇ ਜਿਹੜੀ ਐਡਜਸਟਮੈਂਟ ਕੀਤੀ ਗਈ ਪਿੱਛੋਂ ਸੀਟਾਂ ਦੀ ਉਹਦੇ ਕਰਕੇ ਬੂਫਰ ਬਹੁਤ ਪਿਆਰਾ ਫਿਟਮੈਂਟ ਆਈ ਅਤੇ ਪਿਛਲੀ ਜਿਹੜੀ ਸੀਟਾਂ ਉਹਦੇ ਵਿੱਚ ਭਾਈ ਕੰਫਰਟ ਪੂਰਾ ਹਾਂਜੀ ਪੂਰਾ ਜੀ ਪੂਰਾ ਪੂਰਾ ਕੰਫਰਟ ਆ ਅਤੇ ਇੱਕ ਚੀਜ਼ ਹੁਣ ਵਾਰੀ ਵਾਰੀ ਕਰਕੇ ਆਪਾਂ ਭਾਈ ਨੂੰ ਪੁੱਛਦੇ ਹੈਗੇ ਹਾਂ ਕਿ ਕੀ ਕੋਸਟ ਕਿਸ ਚੀਜ਼ ਦੀ ਕਿੰਨੀ ਪਈ ਆ ਭਾਈ ਸਭ ਤੋਂ ਪਹਿਲਾਂ ਆਪਾਂ ਆਊਟਫਿਟ 'ਤੇ ਗੱਲ ਕਰੀਏ ਅਤੇ ਲਾਈਟਾਂ ਦੀ ਕੀ ਕੋਸਟ ਪਈ ਤਕਰੀਬਨ 15,000 ਰੁਪਈਆ ਲਾਈਟਾਂ ਦੇ ਪਿਆ ਵਿਦ ਫਿਟਿੰਗ ਤੇ ਬਹੁਤ ਸੋਹਣੀ ਲਾਈਟਾਂ ਲੱਗੀਆਂ ਰਾਤ ਦਾ ਵਿਜ਼ਨ ਕਿੱਦਾਂ ਲੱਗਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਤੇ ਇਹ ਚੀਜ਼ ਉਸ ਤੋਂ ਬਾਅਦ ਭਾਈ ਆਪਾਂ ਪੁੱਛੀਏ ਜਿਹੜੀ ਆਪਣਾ ਚਾਰੋਂ ਸੀਟਾਂ ਦਾ ਜਿਹੜੀ ਬੈਕ ਸਾਈਡ ਆਪਾਂ ਸੀਟਾਂ ਚੇਂਜ ਕੀਤੀਆਂ ਉਹ ਅਲੱਗ ਤੇ ਸੀਟ ਕਵਰ ਅਲੱਗ ਕਿੰਨੇ ਰੁਪਏ ਕੋਸਟ ਬੈਠੀ ਵਿਦ ਮੈਟਿੰਗ ਤਕਰੀਬਨ ਸੀਟਾਂ ਤੇ ਵਿਦ ਮੈਟਿੰਗ 15,000 ਰੁਪਏ ਉਹ ਹੋ ਗਿਆ 15,000 ਦੇ ਸੀਟ ਕਵਰ ਪਲੱਸ ਮੈਟਿੰਗ ਠੀਕ ਹੈ ਤੇ 10-12,000 ਦੀ ਮੇਕਅਪ ਜਿਹੜੀ ਸਾਡੀ ਪਿਛਲੀ ਸੀਟਾਂ ਜਿਹੜੀਆਂ ਜਿਹੜੇ ਇਨੋਵਾ ਕ੍ਰਿਸਟਾ ਦੀ ਫਿੱਟ ਕੀਤੀ ਹੈ ਹਨਾ ਇਨੋਵਾ ਕ੍ਰਿਸਟਾ ਜਿਹੜੀ ਸੀਟਾਂ ਪਿੱਛੇ ਲੱਗੀਆਂ ਉਹ ਤਕਰੀਬਨ 12,000 ਦੇ ਰਾਊਂਡ ਉਹ ਕੋਸਟ ਬੈਠੀਆਂ ਕਿਉਂਕਿ ਉਹ ਸੀਟਾਂ ਸੀਗੀਆਂ ਦੋਨੋਂ ਨਵੀਆਂ ਤੇ ਥੱਲੇ ਦਾ ਫਰੇਮ ਵੀ ਬਣਿਆ ਸਪੈਸ਼ਲ ਤੇ ਸੀਟਾਂ ਐਡਜਸਟੇਬਲ ਅੱਗੇ ਪਿੱਛੇ ਪੂਰੀਆਂ ਹੁੰਦੀਆਂ ਤੇ ਜਿਹੜੀ ਹੁਣ ਬਾਕੀ ਗੱਲ ਰਹਿੰਦੀ ਭਾਈ ਨੇ ਜਿਹੜੇ ਦੱਸੇ ਕਿੰਨੇ ਸੀਟ ਕਵਰ ਤੇ ਮੈਟਿੰਗ ਦਾ ਕਿੰਨੀ ਕੋਸਟ ਦੱਸੀ 15,000 ਰੁਪਿਆ ਜਿਹਦੇ ਵਿੱਚ ਥੱਲੇ ਮੈਟਿੰਗ ਆ ਗਈ ਤੇ ਸੀਟ ਕਵਰਸ ਹੋ ਗਏ ਸਾਰੇ ਅੱਗੇ ਤੋਂ ਪਿੱਛੇ ਉਸ ਵਾਰ ਜਿਹੜਾ ਤੁਹਾਨੂੰ ਸਟੂਡੀਓ ਦੇ ਥੱਲੇ ਦੋ ਬਿਡਿੰਗ ਸਿੱਖਦੀਆਂ ਸੀਗੀਆਂ ਉਹ ਵੀ ਇੰਕਲੂਡ ਹੈ ਨਾ ਇੰਕਲੂਡ ਕਰਕੇ ਇਹ ਸੀਗਾ ਸੀਟ ਕਵਰਸ ਦਾ ਖਰਚਾ ਤੇ ਰਹਿ ਗਏ ਹੁਣ ਅਲੋਏ ਵੀਲ ਟਾਇਰ ਦੀ ਗੱਲ ਕੀ ਪ੍ਰਾਈਸਿੰਗ ਅਲੋਏ ਵੀਲ ਟਾਇਰ ਪਏ ਨੇ 5 ਅਲੋਏ ਵੀਲਸ ਤੇ 5 ਟਾਇਰਸ ਦੀ ਤਕਰੀਬਨ 1.5 ਲੱਖ ਦੇ ਪਏ ਲਾਏ ਵੀ 1.5 ਲੱਖ ਰੁਪਏ 1.5 ਲੱਖ ਰੁਪਏ ਦੇ ਰਾਊਂਡ ਐਚ ਹੀ ਪਈ ਆ ਕਿਉਂਕਿ ਨਾਰਮਲੀ ਆਪਾਂ 4 ਲੈਂਦੇ ਤੇ 1-30 ਦੇ ਰਾਊਂਡ ਉਹਨਾਂ ਦਾ ਖਰਚਾ ਚਲੇ ਜਾਂਦਾ ਤੇ ਇਹਨਾਂ ਦਾ 1.5 ਲੱਖ ਰੁਪਏ ਭਾਈ ਦਾ ਖਰਚਾ ਆ ਟੋਟਲ ਤੇ ਮਤਲਬ ਅਲੋਏ ਵੀਲ ਟਾਇਰ ਦਾ ਤੇ ਬਾਕੀ ਸਾਰੀ ਤੁਹਾਨੂੰ ਡਿਟੇਲ A to Z ਆਪਾਂ ਦੇ ਦਿੱਤੀ ਹੈਗੀ ਆ ਤੇ ਗੱਡੀ ਦੇ ਕੁਝ ਸ਼ਾਟ ਚੱਲਦੇ ਫਿਰਦੇ ਆਪਾਂ ਹੁਣੇ ਤੁਹਾਨੂੰ ਦਿਖਾਵਾਂਗੇ ਮਤਲਬ ਤੁਸੀਂ ਵੇਖ ਵੀ ਚੁੱਕੇ ਹੋਗੇ ਤੇ ਬਾਕੀ ਇਹੋ ਜਿਹੀਆਂ ਹੋਰ ਮਜ਼ੇਦਾਰ ਹਨਾ ਕਰਦੇ ਹੋਏ ਤੇ ਇੱਕ ਚੀਜ਼ ਰਹਿ ਗਈ ਆ ਕਿ ਸਿਸਟਮ ਦੇ ਉੱਤੇ ਕੀ ਕੋਸਟ ਆਈ ਆ ਟੋਟਲ ਸਿਸਟਮ ਦੇ ਉੱਪਰ ਆਈ ਥਿੰਕ 37,000 ਲੱਗਾ ਸਰ 37,000 ਰੁਪਿਆ ਕਿਉਂਕਿ ਰੌਕਫੋਰਡ P2 ਬੂਫਰ ਹੈ ਡਬਲ ਕੋਇਲ ਤੇ ਹੈਵੀ ਉਹ ਹੈਵੀ ਸੀਗਾ ਆਪਣਾ ਬਾਕਸ ਤੇ ਨਾਲ ਪਿੱਛੇ ਦੋ ਓਵਲ ਫਿੱਟ ਹੋਏ ਨੇ ਨਾਲ 2 ਐਂਪ ਨੇ ਇੱਕ ਮੋਨੋ ਤੇ ਇੱਕ 2 ਚੈਨਲ ਤੇ ਵਾਇਰਿੰਗ ਸਭ ਕੁਝ ਇੰਕਲੂਡ ਕਰਕੇ ਤੇ 37,000 ਰੁਪਈਸ ਦਾ ਸਿਸਟਮ ਦੇ ਉੱਤੇ ਕੋਸਟ ਆਈ ਤੇ ਬਾਕੀ ਹੁਣ ਤੁਹਾਡੇ ਉੱਤੇ ਤੁਸੀਂ ਵੀਡੀਓ ਲਾਈਕ ਕਰਨੀ ਸ਼ੇਅਰ ਕਰਨੀ ਵੱਧ ਤੋਂ ਵੱਧ ਸਪੋਰਟ ਕਰਨਾ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਬਾਕੀ ਇਹੋ ਜਿਹੀਆਂ ਹੋਰ ਮਜ਼ੇਦਾਰ ਵੀਡੀਓ ਲੈ ਕੇ ਆਪਾਂ ਤੁਹਾਡੇ ਲਈ ਮਿਲਦੇ ਰਹਾਂਗੇ ਥੈਂਕ ਯੂ ਫੋਰ ਵਾਚਿੰਗ